ਹਾਂਜੀ ਸਵਾਗਤ ਹੈ ਜੀ ਆਪ ਸਭ ਜੀ ਦਾ ਅੱਜ ਦੇ 22ਵੇਂ ਐਪੀਸੋਡ ਵਿੱਚ ਮੈਂ ਵਿਰੇਂਦਰ ਸਿੰਘ ਹਾਜ਼ਿਰ ਹਾਂ ਤੁਹਾਡੀ ਖਿਦਮਤ ਲਈ ਵੀਡੀਓ ਜ਼ੂਮ ਕਰੋ ਜ਼ੂਮ ਕਰੋ ਜ਼ੂਮ ਕਰੋ ਬਹੁਤ ਕੰਪਲੇਂਟ ਆ ਰਹੀ ਸੀ ਜ਼ੂਮ ਵਾਲੀ ਸੋ ਅੱਜ ਇੱਕ ਹੋਰ ਟਰਾਈ ਕਰ ਰਹੇ ਹਾਂ ਮਾਨਾ ਭਾਈ ਜਿੱਦ ਨਾਲ ਥੋੜੀ ਜਿਹੀ ਵੀਡੀਓ ਜ਼ੂਮ ਹੋ ਜਾਏਗੀ ਕੁਝ ਇਸ ਤਰ੍ਹਾਂ ਆਪਾਂ ਇਹ ਦਊਂ ਪਰੇ ਕਰਾਂਗੇ ਜੇ ਸ਼ਾਇਦ ਤੁਹਾਨੂੰ ਪਸੰਦ ਆਵੇ ਤੇ ਦੇਖਦੇ ਹਾਂ ਟਰਾਈ ਕਰਕੇ ਇਸ ਵਾਰ ਕੀ ਬੰਦਾ ਜੇ ਫਿਰ ਵੀ ਕੋਈ ਕੰਪਲੇਂਟ ਨਾ ਆਦੀ ਫਿਰ ਦੱਸਿਓ ਮੈਨੂੰ ਕਮੈਂਟ ਬਾਕਸ ਦੇ ਨੀਚੇ ਫਿਰ ਕੋਈ ਹੱਲ ਕਰਾਂਗੇ ਦਾ ਠੀਕ ਹੈ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਆਪਣੇ 80 ਚੈਪਟਰ ਪੂਰੇ ਹੋ ਗਏ ਸੀ ਅੱਜ ਵਧਾਂਗੇ 81 ਚੈਪਟਰ ਤੇ ਸਿਨੇਆਲੇ ਦੇ ਕਰੋਚੋ ਦੇ ਸੰਤ ਅਂਦਰੀਆ ਓਕੇ ਜੀ ਪਹਿਲਾ ਸਵਾਲ Il segnale raffigurato indica che la sede ferroviaria ha un solo binario ਹੁਣ ਕਹਿੰਦਾ ਜੀ ਵੀ ਜਿਹੜੀ ਰਿਫਿਗੁਰਾਤ ਜਿਹੜੀ ਕੱtelaਪਨ ਦਿਖਾਈ ਗਈ ਹੈ ਇਹ ਵਾਲੀ दसदीप ही है कि भी सिर्फ एक ट्रेन की पटड़ी है ठीक है जी से जगह फेरो रेलवे ठीक है जी रेलवे क्रॉसिंग सिर्फ एक पटड़ी है ध्यान रखिये भी जिथे सिर्फ एक निशान होगा जिथे एक करतल होगी मतलब कि एक ही पटड़ी है ठीक है जी बद इन राफी गुरा तो एपोसो नहले इमीदिया तो फेरोन उन्हें भी गल ध्यान रखियो पिछली कि जितने बैरियर नहीं लगे होने उशन आ आएगा कहना जिथे आप नेशान देखिएगा उदा मतलब यह होगा भी अत्र तो करोसिंग सीनसा बैरियर भी उसे बैरियर नहीं लगे वेरो बत मतलब नैक्सट इज सैनिया तो, एपोस तो नए इमीदिया बिनारियो इमीदियान से एकदम तुरंत नेिनारीयो बिट पटड़ी देखो नेड़े लगा होगा यह वाला निशान ठीक है Il segnale figurato è posto sulla strada, dopo il segnale passaggio a livello, senza barriere. Praticenda peggi, vi è di, di la gahuega, strada te, dopo il segnale di passaggio a livello, è livello, senza barriere, la gahuna, una pappice parche, di guglia pece, ospanello bad, e avoli pennello opon milsa di, tighe. Mil, la figura rappresentata, una segnale di pericolo, che ne è catra daniscane, vero? il sennale raffigurato può essere posto sia in senso orizzontale che in senso verticale kenda ji jada jide nishan ne khade rukch ch vi lag sakde ne te lamme rukch ch vi lag sakde ne origin tale hunda ji lamma rukh te vertical le hunda khada rukh theek hai ji matlab koi cheez sidhi khadi hove theek hai te origin tale vi lamma pya hove theek hai ji badde aage il sennale raffigurato pronuncia una sede ferroviaria con più binari ਠੀਕ ਹੈ ਜੀ ਆਪਣੇ ਆਪ ਚ ਫਾਲਸ ਹੋ ਗਿਆ ਤੁਹਾਨੂੰ ਪਹਿਲਾ ਕੁਸ਼ਨ ਜਿਹੜਾ ਨਿਕਿਆ ਸੀ ਵੀ ਇੱਕ ਪਟੜੀ ਹੋਏਗੀ ਇਸ ਨਿਸ਼ਾਨ ਕਰਕੇ ਠੀਕ ਹੈ ਜੀ ਫਾਲਸ ਹੋ ਹਿਲਸੀਨੀਆ ਹੈ ਰੈਫਿਗੁਰਾਟੋ ਪ੍ਰੇਨੁੰਜਾ ਉਨ ਇਨਕ੍ਰੋਚੋ ਦੀ 4 ਸਟ੍ਰਾਡੇ ਕਹਿੰਦਾ ਬਈ ਜੀ ਜਿਹੜਾ ਇਹ ਵਾਲਾ ਨਿਸ਼ਾਨ ਹੈ ਇਹਦੇ ਚਾਰ ਸੜਕਾਂ ਨੇ ਉਹਨੇ ਕੋ ਦੱਸਦਾ ਹੀ ਪਿਆ ਇੱਥੇ ਇੱਕ ਸੜਕ ਤੇ ਦੋ ਸੜਕ ਕਹਿੰਦੇ ਵੀ ਇੱਥੇ ਦੋ ਸੜਕਾਂ ਨੇ ਜਿਹੜੇ ਆਪਸੇ ਟਕਰਾਂਡੀਆਂ ਨਹੀਂ ਜੀ 4 ਸਟ੍ਰਾਡੇ ਨਹੀਂ ਹੈਗੇ ਇੱਥੇ ਫਾਲਸ ਹੋ ਹਿਲਸੀਨੀਆ ਹੈ ਰੈਫਿਗੁਰਾਟੋ ਪ੍ਰੇਨੁੰਜਾ ਉਨਾ ਸਿਏਦੇ ਟਰਾਂਵੀਆਰੀਆ

falso che non chiuso le barriere legge niente nel segnale raffigurato è posto prima del segnale passaggio a livello senza barriere non è teteano che dite prima che è in realtà è prima neghe dopo a se dopo dite vero verona sì non è prima che scarica falso è falso. che non è in realtà il segnale raffigurato è integrato da una luce verde

ਕਹਿੰਦਾ ਇਹ ਸਿਗਨਲ ਹੈ ਰਫਿਗੁਰਾਟੋ ਇਮਪੋਨੇ ਦੀ ਅਰੇਸਟਾਰਸੀ ਐਂਤਰੋ ਲਾਸਟ੍ਰੀਸ਼ਾ ਦੀ ਅਰੇਸਟੋ ਸੇ ਇਨ ਅਰੀਵੋ ਇਲ ਤਰੇਨੋ ਕਹਿੰਦਾ ਜੀ ਇਮਪੋਨੇ ਹੁਕਮ ਦਿੰਦਾ ਤੁਹਾਨੂੰ ਅਰੇਸਤਾਸੀ ਰੁਕੰਦਾ ਐਂਤਰੋ ਲਾਸਟ੍ਰੀਸ਼ਾ ਦੀ ਅਰੇਸਟੋ ਹੁਣ ਤਾਂ ਤੁਹਾਨੂੰ ਕਹਾਂ ਲਾਸਟ੍ਰੀਸ਼ਾ ਦੀ ਅਰੇਸਟੋ ਕੀ ਹੁੰਦਾ ਹੈ ਐ ਦੇਖੋ ਜਿੱਥੇ ਡੀਆ ਲਾਈਨ ਹੈ ਇਸ ਤ੍ਰੀਸ਼ਾ ਨੇ ਇਧਰੋਂ ਬੰਦ ਹੋ ਗਿਆ ਠੀਕ ਹੈ ਇਹ ਹੋ ਗਿਆ ਤ੍ਰੀਸ਼ੇ ਦੀ ਅਰੇਸਟੋ ਮਤਲਬ ਕਿ ਇਸ ਲਾਈਨ ਨੂੰ ਤੁਸੀਂ ਅੱਗੇ ਕ੍ਰੋਸ ਨਹੀਂ ਕਰਨਾ ਠੀਕ ਹੈ ਭਾਵੇਂ ਫਟਕ ਲੱਗਾ ਹੈ ਭਾਵੇਂ ਨਹੀਂ ਲੱਗਾ

ਇਥੇ ਜਿੱਥੇ ਪਿਛਲੇ ਪੇਜ ਵਾਲਾ ਹੀ ਸੇਮ ਸਵਾਲ ਹੈ ਕਹਿੰਦਾ ਹੈ ਕਿ ਬਿਆਨ ਨਿਸ਼ਾਨ ਬਿਲਕੁਲ ਪਟੜੀ ਦੇ ਉੱਤੇ ਲੱਗੇ ਹੋਣਗੇ ਬਿਲਕੁਲ ਨੇੜੇ ਕਰਕੇ ਲੱਗੇ ਹੋਣਗੇ ਠੀਕ ਹੈ ਜਿੱਥੇ ਸੈਂਸ ਬਾਰੀਅਰ ਹੈ ਠੀਕ ਹੈ ਤੇ ਧਿਆਨ ਨਾਲ ਵੀ ਸੈਂਸ ਬਾਰੀਅਰ ਇਥੇ ਜ਼ਰੂਰ ਲਿਖਿਆ ਹੋਵੇ ਵੇਰੋ Il segnale raffigurato indica che la linea ferroviaria ha più di un binario. ਹੋਣਾਂ ਨਿਸ਼ਾਨ ਧਿਆਨ ਨਾਲ ਦੇਖੋ ਜੀ ਇਹ ਨਿਸ਼ਾਨ ਤੁਹਾਨੂੰ ਦੱਸਦਾ ਪਿਆ ਕਿ ਵੀ ਇੱਕ ਤੋਂ ਜ਼ਿਆਦਾ ਪਟੜੀਆਂ ਨੇ ਠੀਕ ਹੈ ਇੱਕ ਪਟੜੀ ਦੀ ਹੈ ਜੇ ਇੱਕ ਪਟੜੀ ਹੋਏਗੀ ਤਾਂ ਇਕੱਲਾ ਇੱਕ ਨਿਸ਼ਾਨ ਆਏਗਾ ਠੀਕ ਹੈ ਜੀ ਬੱਧਿਆਂਗੇ ਵੇਰੋ ਹੈ Il segnale raffigurato invita a fare attenzione. ਪ੍ਰੇਮਾ ਦੀ ਆਤਰਾਵਸਾਰੇ ਪਰਕੇ ਪੋਤਰੇਬੇ ਤ੍ਰਾਂਸਿਟਾਰੇ ਪਿਊ ਦੀ ਉਨ ਤ੍ਰੇਨੋ ਉਹ ਨਿਸ਼ਾਨ ਤੁਹਾਨੂੰ ਕਹਿੰਦਾ ਪਿਆ ਜੀ ਇਨਵਾਈਟ ਕਰਦਾ ਤੁਹਾਨੂੰ ਤੁਹਾਨੂੰ ਕਹਿੰਦਾ ਵੀ ਅਟੈਂਸ਼ਨ ਦੋ ਵੀ ਧਿਆਨ ਰੱਖੋ ਪ੍ਰੇਮਾ ਦੀ ਆਤਰਾਵਸਾਰੇ ਕ੍ਰੋਸਿੰਗ ਕਰਨ ਤੋਂ ਪਹਿਲਾਂ ਪਰਕੇ ਪੋਤਰੇਬੇ ਹੋ ਸਕਦਾ ਹੈ ਤ੍ਰਾਂਸਿਟਾਰੇ ਪਿਊ ਦੀ ਉਮ ਤ੍ਰੇਨੋ ਇੱਕ ਤੋਂ ਜ਼ਿਆਦਾ ਟ੍ਰੇਨਾਂ ਹੋ ਸਕਦੀਆਂ ਨੇ ਠੀਕ ਹੈ ਜੀ ਜਿਹੜੀਆਂ ਆਂਦੀਆਂ ਹੋਣ ਵੇਰੋ ਇਸ ਨੇ ਅਦਰ ਲਾ ਫਿਗੁਰਾਟੋ ਸੇ ਤਰਵਾ ਦੋਪੋਈ ਪਨੈਲੀ ਦਿਸਤਾਂਜ਼ੀਆ ਮੈਟ੍ਰੀਚੀ a barre rosse ਕਹਿੰਦਾ ਜੀ ਇਹ ਨਿਸ਼ਾਨ ਤੁਹਾਨੂੰ ਬਾਅਦ ਚ ਮਿਲਣਾ ਹੈ ਜਿਹੜੇ ਦਿਸਤਾਂਸੀਆ ਮੈਟ੍ਰਿਕਸ ਜਿਹੜੇ ਪਨੇਲੀ ਹੁੰਦੇ ਨੇ ਉਹਨਾਂ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਦਿਸਤਾਂਸੀਆ ਮੈਟ੍ਰਿਕਸ ਹੀ ਕਿਹੜੇ ਹੁੰਦੇ ਨੇ ਠੀਕ ਹੈ ਜੀ ਵੇਰੋ ਇਨਸੇਨੇ ਵਾਲੇ ਦਾ ਫਿਗੁਰਾ ਤੋਂ ਉਨਸੇਨੇ ਵਾਲੇ ਦੀ ਪੇਰੀ ਕਰੋ ਕਹਿੰਦਾ ਨਿਸ਼ਾਨ ਜਿਹੜਾ ਖਤਰੇ ਦਾ ਨਿਸ਼ਾਨ ਹੈ ਠੀਕ ਹੈ ਜੀ ਵੇਰੋ ਇਲਸੇਨੇ ਵਾਲੇ ਦਾ ਫਿਗੁਰਾ ਤੋਂ ਐਪੋਸਟੋ ਦੀ ਨੋਰਮਾ ਅਚੈਂਟੋ ਚਿੰਕਵਾਂਤਾ ਮੇ ਦੇ ਬਿਨਾਰੀ ਕਹਿੰਦੇ ਤੁਹਾਨੂੰ ਪਟੜੀ ਤੋਂ 150 ਮੀਟਰ ਪਹਿਲਾਂ ਮਿਲਣਾ ਹੈ ਨਿਸ਼ਾਨ ਠੀਕ ਹੈ ਜੀ ਪਰ ਇਦਾਂ ਨਹੀਂ ਹੈਗਾ ਇਹ ਨਿਸ਼ਾਨ ਜਿਹੜਾ ਆਪਾਂ ਨੂੰ ਮਿਲਣਾ ਹੈ ਬਿਲਕੁਲ ਪਟੜੀ ਦੇ ਉੱਤੇ ਮਿਲਣਾ ਇਸ ਕਰਕੇ ਫਾਲਸੋ ਇਲਸੇਨਿਆ ਲੈਰਾ ਫਿਗੂਰਾ ਅਤੋ ਪ੍ਰੇਨੁੰਚਾ ਉਨ ਡੋਪੀਓ ਇਨਕ੍ਰੋਚੋ ਸਟਰਾਡਾਲੇ ਪੇਰੀਕਲੋਸੋ ਕਹਿੰਦਾ ਜੀ ਇੱਥੇ ਦੋ ਸੜਕਾਂ ਜਿਹੜੀ ਆਪਸ ਵਿੱਚ ਮਿਲਦੀ ਪਈਆਂ ਨੇ ਦੋ ਦੋ ਇਨਕ੍ਰੋਚੀ ਨੇ ਪੇਰੀਕਲੋਸੇ ਖਤਰਿਆਲੇ ਠੀਕ ਹੈ ਜੀ ਦੋ ਇਨਕ੍ਰੋਚੀ ਇੱਥੇ ਹੋ ਸਕਦੇ ਨੇ ਨਹੀਂ ਜੀ ਇਨਕ੍ਰੋਚੀ ਨਹੀਂ ਹੈਗੇ ਇਹ ਪਟੜੀਆਂ ਦੇ ਨੇ ਠੀਕ ਹੈ ਜੀ ਫਾਲਸੋ ਇਲਸੇਨਿਆ ਲੈਰਾ ਫਿਗੂਰਾ ਅਤੋ ਇੰਡੀਕਾ ਕੇ ਲਾ ਲੀਨੀਆ ਫੇਰੋਵੀਆਰੀਆ ਆ ਸੋਲੋ ਉਨ ਬਿਨਾਰੀਓ ਕਹਿੰਦਾ ਜੀ ਆ ਜਿਹੜਾ ਪਰ ਜਿਹੜਾ ਨਿਸ਼ਾਨ ਹੈ ਤੁਹਾਨੂੰ ਦੱਸਦਾ ਵੀ ਵੀ ਜਿੱਥੇ ਵੀ ਇੱਥੇ ਸਿਰਫ ਇੱਕ ਹੀ ਪਟੜੀ ਹੈ ਠੀਕ ਹੈ ਜੀ ਪਰ ਇੱਥੇ ਇੱਕ ਨਹੀਂ ਇੱਕ ਤੋਂ ਜ਼ਿਆਦਾ ਹੈ ਧਿਆਨ ਰੱਖਿਓ ਇਲ ਸੇਨੇ ਦਾ ਫਿਗੁਰਾਟੋ ਪੋ ਐਸਰੇ ਪੋਸਟੋ ਪ੍ਰਿਮਾ ਦੀ ਉਨ ਅਟਰਾਵਰਸਾਮੈਂਟੋ ਫੇਰੋਵਿਆਰੀਓ ਕੋਨ ਸੇਮੀ ਬਰੀਅਰੇ ਕਹਿੰਦਾ ਜਿੱਥੇ ਆਪ ਨੈਰੋ ਲੱਗੇ ਹੋਏ ਉਹਦਾ ਮਤਲਬ ਇਹ ਵੀ ਇੱਥੇ ਸੇਮੀ ਬਰੀਅਰੇ ਲੱਗੇ ਹੋਏ ਨੇ ਜਿਹੜੀ ਰੇਲਵੇ ਦੀ ਕ੍ਰੋਸਿੰਗ ਆ ਉੱਥੇ ਨਹੀਂ ਜਿੱਥੇ ਸੇਮੀ ਬਰੀਅਰੇ ਛੱਡੋ ਕੋਈ ਵੀ ਬਰੀਅਰੇ ਇੱਥੇ ਨਹੀਂ ਹੋਏਗਾ ਜਿੱਥੇ ਇਹ ਆਪ ਨੈਰੋ ਲੱਗਿਆ ਹੋਣਗੀਆਂ ਇਲ ਸੇਨੇ ਵਾਲੇ ਦਾ ਫਿਗੁਰਾਟੋ ਇੰਡੀਕਾ ਕੇ ਸੀ ਪੋਸਸਨੋ ਇਨਕੋਂਟਰਾਰੇ

ਉਹ ਹੋ ਸਕਦੇ ਜਿਹੜੇ ਦੋ ਜਣੇ ਕੱਟਦੇ ਹੋਣ ਠੀਕ ਹੈ ਜੀ ਜਿਨ੍ਹਾਂ ਦਾ ਡਿਸਟੈਂਸ 150 ਮੀਟਰ ਹੋਵੇ ਇੱਕ ਦਾ ਦੂਜੇ ਨਾਲ ਠੀਕ ਹੈ ਜੀ 500 ਇਦਾਂ ਦਾ ਕੁਝ ਨਹੀਂ ਆਗਾ ਇਲ ਸੇਨੀਆਲੇ ਪੋ ਆਵਰੇ ਫੋਂਡੋ ਜ giallo ਇਨ ਕਾਜ਼ੋ ਦੀ ਲਾਬੋਰੀ ਅਬਿਨਾਰੀ ਕਹਿੰਦਾ ਵੀ ਇਹਦੀ ਜਿਹੜੀ ਪਨੇਲੋ ਆ ਇਹ ਜ giallo ਹੋ ਸਕਦੀ ਜਦ ਉੱਥੇ ਕੰਮ ਚੱਲਦਾ ਹੋਵੇ ਧਿਆਨ ਰੱਖਿਓ ਸੜਕ ਦੇ ਕੰਮਾਂ ਤੇ ਪੀਲੀ ਵਰਤੀ ਜਾਂਦੀ ਹੈ ਟ੍ਰੇਨ ਦੇ ਕੰਮਾਂ 'ਚ ਨਹੀਂ ਜੇਕਰ ਕੰਮ ਕਿਦਰ ਚੱਲਦਾ ਹੋਇਆ ਤੇ ਇਹਨਾਂ ਇਹ ਪੀਲੀਆਂ ਨਹੀਂ ਹੋਣੀਆਂ ਪਨੇਲੋ ਠੀਕ ਹੈ ਸੋ 500 ਵੱਧਿਆਂ ਜੀ ਨੈਕਸਟ

बिनਾ ਤੋਂ ਅਲ ਸਿਨਿਆਲੇ ਬੀ ਅਬੀਨਾ ਤੋਂ ਅਬੀਨਾ ਤੋਂ ਦੰ ਬਿਲਿਆ ਹੋਇਆ ਇਕੱਠਾ ਕੀਤਾ ਹੋਇਆ ਠੀਕ ਹੈ ਮਤਲਬ ਕਿ ਐ ਪੈਨੈਲੋ ਜਿੱਥੇ ਲੱਗੀ ਹੋਈ ਹੈਗੀ ਉਹਦੇ ਨੀਚੇ ਹੋ ਸਕਦਾ ਵੀ ਐ ਪੈਨੈਲੋ ਵੀ ਲੱਗੀਆਂ ਹੋਵੇ ਤੇ ਜਿੱਥੇ ਲੱਗਿਓ ਵੇ ਤੁਹਾਨੂੰ ਪ੍ਰਚਿਦਨਸਾ ਦੇਣਾ ਪੈਣਾ ਹੈ ਅੱਪਲ ਦਾ ਸਾਰਿਆਂ ਤੇ ਲੱਗੀ ਹੋਈਗੀ ਪਰ ਤੁਹਾਨੂੰ ਇੱਥੇ ਪ੍ਰਚਿਦਨਸਾ ਦੇਣਾ ਪੈਣਾ ਠੀਕ ਹੈ ਜੀ ਕਿਉਂਕਿ ਅਗੂ ਟ੍ਰੇਨ ਆਂਦੀ ਓਬਵੀਅਸਲੀ ਗੱਲ ਤੁਹਾਨੂੰ ਵੀ ਪ੍ਰਚਿਦਨਸਾ ਦੇਣਾ ਪੈਣਾ ਟ੍ਰੇਨ ਇਹਦੇ ਸਾਡੇ ਦੇਗੀ ਰੁਕਣਾ ਨਹੀਂ ਹੈਗਾ ਸੋ ਵੇਰੋ ਠੀਕ ਹੈ ਜੀ 83 ਵੀ ਕੰਪਲੀਟ ਹੋ ਗਿਆ ਬਦਨੇ ਅੱਗੇ ਓਹੋ ਇੱਕ ਹੋਰ ਕੋਨ ਬਾਰੀਏ ਰੇ ਉਸਾਂਮੀ ਬਾਰੀਏ ਰੇ ਉਹਨ ਇੱਥੇ ਕੀ ਕਹਿੰਦਾ ਬਈ ਜੀ ਇਹ ਜਿਹੜੀ ਪੈਨਲ ਹੋਏ ਐਸ ਪੈਨਲੋ ਦੇ ਨਾਲ ਮਿਲੀ ਹੋ ਸਕਦੀ ਏ ਪੈਨਲੋ ਦੂਸਰੀ ਬੀ ਪੈਨਲੋ ਦੇ ਨਾਲ ਹੋ ਸਕਦੀ ਪੜਦੇ ਆ ਕਵੈਸਚਨ ਨੂੰ ਕੀ ਲਿਖਿਆ ਹਿਲ ਸੇਨਿਆਲੇ ਆ ਸਿਤਰੋਵਾਰੇ ਦੋਪੋ ਹਿਲ ਸੇਨਿਆਲੇ ਬੀ ਉਹਨ ਇੱਥੇ ਕਹਿੰਦਾ ਬਈ ਜਿਹੜਾ ਸੇਨਿਆਲੇ ਏ ਆ ਉਹ ਸੇਨਿਆਲੇ ਬੀ ਦੇ ਬਾਅਦ ਚ ਮਿਲ ਸਕਦਾ ਆ ਆਨਸਰ ਆ ਜੀ ਫਾਲਸ ਹੋ ਵੀ ਨਹੀਂ ਮਿਲ ਸਕਦਾ ਕਿਉਂਕਿ ਮੈਂ ਪਿਛਲੇ ਵੀ ਤੁਹਾਨੂੰ ਦੱਸ ਚੁੱਕਿਆ ਜਿੱਥੇ ਵੀ ਏ ਪੈਨਲ ਹੋਏਗੀ ਉੱਥੇ ਬੀ ਪੈਨਲੋ ਨਹੀਂ ਮਿਲੇਗੀ ਜਿੱਥੇ ਬੀ ਹੋਏਗੀ ਉੱਥੇ ਏ ਬਿਲਕੁਲ ਨਹੀਂ ਵੱਦਿਆਂ ਅੱਗੇ ਆਪਣਾ ਹੋ ਗਿਆ 83ਵਾਂ ਵੀ ਕੰਪਲੀਟ 85 ਦੇ ਤੁਰਦੇ ਫਾਈਨਲੀ ਡਿਸਟਾਂਸੀਆ ਮੈਟਰੀਚੀ ਇਹ ਦੇਖੋ ਜੀ ਆਇਆ ਆਪਣੇ ਲੋ ਪਹਿਲਾਂ ਤੁੰ ਦਾ ਸੈਸੀ ਵੀ ਕੀਆ ਡਿਸਟਾਂਸੀਆ ਮੈਟਰੀਚੀ ਹੁਣ ਵੱਦਿਆਂ ਅੱਗੇ ਇਹ ਪਨੇਲੀ ਰਾ ਫਿਗੁਰਾਤੀ ਸੋਨੋ ਪੋਸਤੀ ਪ੍ਰੀਮਾ ਦੇ ਕੁਆਲਸਿਆ ਸਿ ਟਿਪੋ ਦੀ ਪਸਾਜੋ ਅ ਲੀਵੈਲੋ ਹੁਣ ਇਹ ਗੱਲ ਧਿਆਨ ਕਰਨ ਵਾਲੀ ਹੈ ਜੀ ਜਿੱਥੇ ਵੇਗ ਭਾਵੇਂ ਉਹ ਬਾਰੀਅਰ ਹੋਵੇ ਸੈਮੀ ਬਾਰੀਅਰ ਹੋਵੇ ਬਾ ਬਿਨਾ ਬਾਰੀਅਰ ਤੋ ਵੀ ਹੋਵੇ ਉਥੇ ਤੁਹਾਨੂੰ ਇਹ ਪਨੇਲੋ ਮਿਲੇਗੀ ਹੀ ਮਿਲੇਗੀ

ਅਲਪਸਾਜ ਵਾਲੀ ਵੈਲੋ ਹਾਂਜੀ ਜੀ ਆਪਾਂ ਨੂੰ ਦੱਸਦਾ ਪਿਆ ਜਿਹੜੀ ਆਪਣੇ ਲੋਇਸ ਸਰਵਨ ਉੱਪਰ ਇੰਡੀਕਾਰੇ ਵੀ ਇੰਡੀਕੇਟ ਕਰਨ ਲਈ ਹੁੰਦੀਆਂ ਨੇ ਕਿ ਚੀਸਤਾ ਅਵਿਚਿਨਾਂਦੋ ਵੀ ਆਪਾਂ ਨੇੜੇ ਜਾ ਰਹੇ ਹਾਂ ਵਿਚਿਨਾਂਦੋ ਅਵਿਚਿਨੋ ਹੁੰਦਾ ਜੀ ਨੇੜੇ ਜਾਣਾ ਠੀਕ ਹੈ ਜੀ ਜੇ ਆਪਾਂ ਜਿਵੇਂ ਜਿਵੇਂ ਨੇੜੇ ਜਿਵੇਂ ਜਿਵੇਂ ਆਪਣੇ ਲੋਪਾ ਦੇਖ ਰਹੇ ਹਾਂ ਉਵੇਂ ਉਵੇਂ ਆਪਾਂ ਪਸਾਜ ਵਾਲੀ ਵੈਲੋ ਦੇ ਨੇੜੇ ਜਾਂਦੇ ਜਾ ਰਹੇ ਹਾਂ ਠੀਕ ਹੈ ਜੀ ਵੇਰੋ ਇਲ ਪਨੈਲੋ ਕੋਨ ਤਰੇ ਬਾਰੇ ਓਬਲੀਗੇ ਰੋਸੇ ਇਲ ਪ੍ਰੀਮੋ ਦੇ ਪਨੈਲੀ Che si incontra quando ci si approssiamo ad un passaggio a livello tre barre oblique oblique chi è uno di loro? tircia una vecchia ten barre rosse la gevene ecco do ten Thin. ten barre rosse la e il primo dei pannelli che si incontra mi legge di tanu quando si approssima ad un passaggio a livello video di passaggio a livello valgente o di non pelli il pannello milegi o ten barre rosse alli ho egi tirceali Vero? I pannelli raffigurati si possono trovare solo se hai passaggio a livello con barriere, che non si riferiscono a barriere o a tv Falso, perché saranno i miei leghi, ok? I pannelli raffigurati sono segnali di prescrizione, che non sono segnali di prescrizione, ma sono segnali di pericolo di pannelli, I pannelli raffigurati indicano lavori in corso, di che non sono segnali I pannelli raffigurati hanno tante barre diagonali, भवानती सोनो ई बिनारी दिल पसाज वाली वैलो हूँ इतने कहें भी जिन्नी इतने बारे हो गए ये गोणाली मतलब जो बारे इतने लगे ने तिरछे जेने जिन्हें इतने बारे लगे होने वो सीन ने उन्नी ही बिनारी मतलब भी उन्नी ही पटड़िया के निशान ने पसाजोवाली वैलो से नहीं जी फालसोआ क्योंकि सिर्फ मीटर इंडिककेट करता है ना कि पटड़िया पनैलो राफी गुराह तो सोन दुए बारे इनों उतरा वैरसा मिंद तो फिर को दुए सोली बिना जे उपेनू लगी होगी दो तिरछे निशाना वाली ਦੋ ਲਾਲ ਨਿਸ਼ਾਨਾ ਵਾਲੀ ਮਤਲਬ ਕਿ ਵਿਚਕਾਰ ਵਾਲੀ ਇਹਦਾ ਮਤਲਬ ਹੈਗਾ ਵੀ ਇੱਥੇ ਸਿਰਫ ਦੋ ਪਟੜੀਆਂ ਨੇ ਨਹੀਂ ਜੀ ਫਾਲਸੋ ਸਿਰਫ ਇੰਡੀਕੇਟਰ ਮੀਟਰਸ ਨੂੰ ਇੰਡੀਕੇਟ ਕਰਦਾ ਅੱਗੇ ਵਧਦੇ ਜੀ ਇਹ ਪੈਨਾਲੀ ਰੈਫਿਗੁਰਾਟੋ ਸੋਨੋ ਇਨਸਟਾਲਾਤੀ ਸੁ ਕਵਾਲੇਟੀ ਕੇ ਵਿਏਟਾਨੋ ਇਲ ਟਰਾਂਜ਼ਿਟੋ ਡੇਲਾ ਟਰਾਵਰਸਮੈਂਟੋ ਫੇਰੋਵੀਾਰੀਓ ਕਹਿੰਦਾ ਵੀ ਜਿੱਥੇ ਨਿਸ਼ਾਨ ਲੱਗਾ ਹੋਏਗਾ ਇਨਸਟਾਲਾਤ ਜਿੱਥੇ ਨਿਸ਼ਾਨ ਲੱਗੇ ਹੋਣਗੇ ਵਿਏਟਾਨੋ ਮਨਾਏ ਇਲ ਟਰਾਂਜ਼ਿਟੋ ਜਾਣਾ ਅਟਰਾਵਰਸਮੈਂਟ ਉਹਦੀ ਫਿਰ ਵੀ ਆ ਰਹੀ ਹੋ ਮਤਲਬ ਇਹ ਰੇਲਵੇ ਕ੍ਰੋਸਿੰਗ ਉੱਥੇ ਮਣਾ ਹੈ ਓਕੇ ਜੀ ਇਹ ਹੋ ਗਿਆ ਆਪਣਾ 85ਵੇਂ ਪੇਜ ਵੱਧਦੇ ਅੱਗੇ 86 ਦੇ ਪਨੈਲੀ ਦਿਸਤਾਂਸੀਆ ਮੈਤਰੀ ਚੀ ਇਹ ਸੇਨੇ ਵਾਲੇ ਦੀ ਪਸਾਜੋ ਵਾਲੀ ਵੈਲੋ ਕੋਨ ਬਾਰੀਅਰ ਹੈ ਉਹ ਸੈਮੀ ਬਾਰੀਅਰ ਹੈ ਇਲ ਪਨੈਲੋ ਕੋਨ ਤਰੇ ਬਾਰੇ ਰੋਸੇ ਆ ਐ ਪੋਸਟੋ ਸੋਟੋ ਇਲ ਸੇਨੇ ਵਾਲੇ ਬੀ ਹੁਣ ਨਿਸ਼ਾਨ ਦੇਖੋ ਜੀ ਕਹਿੰਦਾ ਜਿਹੜਾ ਜਿਹੜਾ ਨਿਸ਼ਾਨ ਜਿਹੜਾ ਇੱਕ ਲੱਗਾ ਨਾ ਆ ਵਾਲਾ ਜਿਹੜਾ ਨਿਸ਼ਾਨ ਹੈ ਉਹ ਬੀ ਦੇ ਨਿਸ਼ਾਨ ਦੇ ਥੱਲੇ ਹੋ ਸਕਦਾ ਹੈ Angi Saia, che ho chiesto di tirare il pannello in reali, tenendo barre e di tutti i pannelli del giro. Sigue? È scarica è vero. Ma de anche? di Pannelli distanziametrici e il segnale croce di Sant'Andrea. Nel caso di attraversamento ferroviario senza barriere, i pannelli A sono posti prima del segnale B. Una di B, grande ਤੇ ਆਕਰਣ ਨਿਸ਼ਾਨ ਠੀਕ ਹੈ ਕਹਿੰਦਾ ਨਲ ਕਾਜ਼ੋ ਦੇ ਟਰਾਵਰਸਮੈਂਟ ਉਹਦੇ ਜਲ ਰੇਲਵੇ ਜਿਹੜੀ ਕ੍ਰੋਸਿੰਗ ਹੈ ਸੈਂਸਾ ਬਾਰੀਅਰ ਜਿਹਨਾਂ ਦੇ ਬਾਰੀਅਰ ਨਹੀਂ ਲੱਗੇ ਹੋਣਗੇ ਬੈਰੀਅਰ ਨਹੀਂ ਲੱਗੇ ਹੋਣਗੇ ਇਹ ਪਨੇਲੀਆ ਸੋਨੋ ਪੋਸਟੀ ਪ੍ਰੀਮਾ ਡੈਲ ਸਿਗਨਾਲੇ ਆ ਬੀ ਇਹ ਨਿਸ਼ਾਨ ਤਾਂ ਤੁਹਾਨੂੰ ਪੜੜੀ ਤੇ ਮਿਲਣਾ ਹੈ ਤੇ ਇਹ ਨਿਸ਼ਾਨਾਂ ਨਾਲ 150 ਮੀਟਰ ਪਹਿਲਾਂ 150 150 ਮੀਟਰ ਪਹਿਲਾਂ ਮਿਲਣਾ ਸੋ ਇਹ ਨਿਸ਼ਾਨ ਪਹਿਲਾਂ ਨਹੀਂ ਹੋਏਗਾ ਠੀਕ ਹੈ ਤੇ ਆ ਬਾਅਦ ਚ ਸਹੀ ਹੈ ਜੀ ਵੇਰੋ ਹੁਣ ਵਾਰੀਆਂ ਦੀ ਐਕਸਟਰਾ ਕਲਾਸ ਦੀ ਇੱਕ ਨਵੀਂ ਸੀਰੀਜ਼ ਅਸੀਂ ਚੈਪਟਰ ਵਜਾਪਾ ਸ਼ੁਰੂ ਕਰਾਂਗੇ ਐਕਸਟਰਾ ਕਲਾਸ ਯਾਨੀ ਕਿ ਜਿਹੜੇ ਕਮੈਂਟਾਂ ਵਿੱਚ ਤੁਹਾਡੇ ਪੁੱਛੇਗੇ ਸਵਾਲ ਉਹਨਾਂ ਦੇ ਜਵਾਬ ਦੇਣਗੇ। ਠੀਕ ਹੈ ਜੀ ਕਮੈਂਟਾਂ ਵਿੱਚ ਕਿ ਮੇ ਕੋਲ ਸਵਾਲ ਪੁੱਛਿਆ ਗਿਆ ਸੀ ਕਿ ਡੋਪੀਓ ਸੈਂਸ ਸਰਕੂਲੇਸ਼ਨ ਤੇ ਸੈਂਸੋਨਿਕ ਸਰਕੂਲੇਸ਼ਨ ਨੂੰ ਐਕਸਪਲੇਨ ਕੀਤਾ ਜਾਵੇ ਸਹੀ ਤਰੀਕੇ ਨਾਲ। ਸੋ ਮੈਂ ਪਹਿਲਾਂ ਵੀ ਕੀਤਾ ਸੀ ਇੱਕ ਵਾਰ ਫਿਰ ਤੋਂ ਕਰ ਦੇਣਾ ਜੀ। ਹੁਣ ਦੇਖੋ ਇਹ ਡੋਪੀਓ ਸੈਂਸ ਸਰਕੂਲੇਸ਼ਨ ਹੈ। ਮਤਲਬ ਗੱਡੀਆਂ ਦੋਨੋਂ ਆਂ ਡਿਆ ਨਾ ਇੱਕ ਦੂਜੇ ਦੇ ਸਾਹਮਣੇ ਨਹੀਂ ਗੱਡੀਆਂ। ਠੀਕ ਹੈ। ਇਹਦਾ ਮਤਲਬ ਕਿ ਇਹ ਗੱਡੀ ਇਧਰ ਨੂੰ ਜਾ ਰਹੀ ਤੇ ਇਹ ਗੱਡੀ ਇਧਰ ਨੂੰ ਜਾ ਰਹੀ ਇਹ ਬਣੀ ਦੋਪੀਓ ਸੈਂਸਰ ਚਰਕੂਲਸਿਓਨੇ ਦੋ ਕੁਰਸੀਏ ਦੋਨੋਂ ਗੱਡੀਆਂ ਜਾ ਰਹੀਆਂ ਨੇ ਕਾਰੀ ਇੱਕ ਜਾਰੀ ਇਹ ਹੋਗੀ ਦੋਪੀਓ ਸੈਂਸੋ ਹੁਣ ਗੱਲ ਕਰਦੇ ਆ ਸੈਂਸੋਨਿਕੋ ਚਰਕੂਲਸਿਓਨੇ ਸੈਂਸੋਨਿਕੋ ਮਤਲਬ ਕਿ ਦੋਨੋਂ ਗੱਡੀਆਂ ਇਕੱਠੀਆਂ ਇੱਕੋ ਪਾਸੇ ਇੱਕੋ ਡਾਇਰੈਕਸ਼ਨ ਨੂੰ ਹੀ ਜਾਣ ਜੀ ਇਧਰ ਆਮਣੇ ਸਾਹਮਣੇ ਗੱਡੀ ਆ ਰਹੀ ਸੀ ਇਧਰ ਗੱਡੀਆਂ ਇੱਕੋ ਡਾਇਰੈਕਸ਼ਨ ਨੂੰ ਜਾਣ ਡੀਆਂ ਤੇ ਹੋ ਗਿਆ ਸੈਂਸੋਨਿਕੋ ਚਰਕੂਲਸਿਓਨੇ ਤੇ ਇਦਾਂ ਬੰਦਾ ਜੀ ਆਪਣਾ ਸੈਂਸੋਨਿਕੋ ਚਰਕੂਲਸਿਓਨੇ ਠੀਕ ਹੈ ਵੀ ਇੱਕ ਸਾਈਡ ਦੀ ਆਵਾਜ਼ ਆ ਇਦਾਂ ਹੀ ਜੇ ਤੁਹਾਡਾ ਕੋਈ ਸਵਾਲ ਜੇ ਤੁਹਾਡੇ ਦਿਮਾਗ ਵਿੱਚ ਖਟਕਦਾ ਪਿਆ ਤੇ ਮੈਨੂੰ ਜ਼ਰੂਰ ਲਿਖਣਾ ਕਮੈਂਟਾਂ ਵਿੱਚ ਤਾਂ ਜੋ ਮੈਂ ਉਸ ਸਵਾਲ ਦਾ ਜਵਾਬ ਦੇ ਸਕਾਂ ਵੀਡੀਓ ਦੇ ਅੰਦਰ ਤੁਹਾਨੂੰ ਸਮਝਾ ਸਕਾਂ ਅਗਰ ਮੈਂ ਉਹ ਕਮੈਂਟਾਂ ਵਿੱਚ ਨਹੀਂ ਸਮਝਾ ਸਕਦਾ ਤੇ ਠੀਕ ਹੈ ਜੀ ਮਿਲਾਂਗੇ ਨੈਕਸਟ ਐਪੀਸੋਡ ਮਤਲਬ 21ਵੇਂ ਐਪੀਸੋਡ ਵਿੱਚ ਆਪਾਂ ਮਿਲਾਂਗੇ ਹੁਣ ਤਦ ਤੱਕ ਲਈ ਰੱਬ ਰਾਖਾ